ਅਸਥਮਾ ਤੁਹਾਡੇ ਫੇਫੜਿਆਂ ਵਿੱਚ ਸਾਹ ਨਾਲੀਆਂ ਵਿੱਚ ਸੋਜ ਹੋਣ ਕਾਰਨ ਹੁੰਦਾ ਹੈ। ਇਹ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦਾ ਹੈ ਅਤੇ ਸਮੇਂ ਦੇ ਨਾਲ ਲੱਛਣ ਬਦਲ ਸਕਦੇ ਹਨ। ਦਮਾ ਇੱਕ ਲੰਬੇ ਸਮੇਂ ਦੀ ਸਥਿਤੀ ਹੈ ਜਿਸ ਨੂੰ ਖੰਘ, ਛਾਤੀ ਵਿੱਚ ਜਕੜਨ, ਕਰਕਰਾਹਟ ਅਤੇ ਸਾਹ ਚੜ੍ਹਨਾ ਵਰਗੇ ਲੱਛਣਾਂ ਨੂੰ ਰੋਕਣ ਲਈ ਨਿਯਮਤ ਇਲਾਜ ਦੀ ਲੋੜ ਹੁੰਦੀ ਹੈ, ਮੁੱਖ ਤੌਰ ਤੇ ਇਨਹੇਲਰਸ। ਤੁਹਾਨੂੰ ਆਪਣੀ ਦਮੇ ਦੀ ਦਵਾਈ ਨੂੰ ਹਰ ਰੋਜ਼ ਤਜਵੀਜ਼ ਕੀਤੇ ਅਨੁਸਾਰ ਵਰਤਣਾ ਚਾਹੀਦਾ ਹੈ। ਸਿਹਤਮੰਦ ਖਾਣਾ ਚਾਹੀਦਾ ਹੈ, ਆਪਣੇ ਦਮੇ ਲਈ ਜਾਣੇ ਜਾਂਦੇ ਟ੍ਰਿਗਰਾਂ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਸੀਂ ਕਰ ਸਕਦੇ ਹੋ ਤਾਂ ਨਿਯਮਿਤ ਤੌਰ ਤੇ ਕਸਰਤ ਕਰੋ ਅਤੇ ਆਪਣੇ ਦਮੇ ਨੂੰ ਕੰਟਰੋਲ ਕਰਨ ਵਿੱਚ ਮਦਦ ਲਈ ਸਿਗਰਟ ਨੋਸ਼ੀ ਬੰਦ ਕਰੋ। ਅਸਥਮਾ ਦੇ ਲੱਛਣਾਂ ਨੂੰ ਤੁਹਾਡੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਤੁਹਾਨੂੰ ਆਪਣੀ ਦਮੇ ਦੀ ਟੀਮ ਨਾਲ ਗੱਲ ਕਰਨੀ ਚਾਹੀਦੀ ਹੈ। ਇਹ ਤੁਹਾਡੀ GP, ਪ੍ਰੈਕਟਿਸ ਨਰਸ, ਫਾਰਮਾਸਿਸਟ ਜਾਂ ਹਸਪਤਾਲ ਦੀ ਟੀਮ ਹੋ ਸਕਦੀ ਹੈ, ਕਿਉਂਕਿ ਤੁਹਾਨੂੰ ਆਪਣੀ ਨਿਯਮਤ ਦਮੇ ਦੀ ਦਵਾਈ ਨਾਲ ਨਵੇਂ ਜਾਂ ਵੱਖਰੇ ਦਮੇ ਦੇ ਇਲਾਜ ਦੀ ਲੋੜ ਹੋ ਸਕਦੀ ਹੈ। ਤੁਹਾਡੀ ਦਮੇ ਦੀ ਟੀਮ ਤੁਹਾਡੇ ਨਾਲ ਸਭ ਤੋਂ ਵਧੀਆ ਇਲਾਜ ਬਾਰੇ ਚਰਚਾ ਕਰੇਗੀ। ਜੇਕਰ ਤੁਹਾਡੇ ਦਮੇ ਦੇ ਲੱਛਣ ਵਿਗੜ ਜਾਂਦੇ ਹਨ ਤਾਂ ਕੀ ਕਰਨਾ ਹੈ ਅਤੇ ਤੁਹਾਨੂੰ ਇੱਕ ਵਿਅਕਤੀਗਤ ਦਮਾ ਐਕਸ਼ਨ ਪਲਾਨ ਦੇ ਸਕਦਾ ਹੈ। ਤੁਹਾਡੇ ਬੇਕਾਬੂ ਦਮੇ ਦੇ ਲੱਛਣ ਹਨ। ਦਮੇ ਦੇ ਲੱਛਣਾਂ ਕਾਰਨ ਰਾਤ ਨੂੰ ਜਾਗਣਾ, ਹਫ਼ਤੇ ਵਿੱਚ 3 ਜਾਂ ਵੱਧ ਵਾਰ ਦਮੇ ਦੇ ਲੱਛਣ ਹੋਣਾ, ਆਪਣੇ ਰਿਲੀਵਰ ਇਨਹੇਲਰ ਨੂੰ ਹਫ਼ਤੇ ਵਿੱਚ 3 ਜਾਂ ਵੱਧ ਵਾਰ ਵਰਤਣਾ, ਵਾਰ ਦਮੇ ਦੇ ਦੌਰੇ ਜਾਂ ਛਾਤੀ ਦੀ ਲਾਗ ਹੋਣਾ। ਜੇਕਰ ਤੁਹਾਡੀਆਂ ਸਾਰੀਆਂ ਦਮੇ ਦੀਆਂ ਦਵਾਈਆਂ ਲੈਣ ਦੇ ਬਾਵਜੂਦ ਤੁਸੀਂ ਅਜੇ ਵੀ ਅਸਥਮਾ ਤੇ ਕਾਬੂ ਨਹੀਂ ਰੱਖਦੇ, ਹਸਪਤਾਲ ਵਿੱਚ ਦਮੇ ਦੀ ਟੀਮ ਦੁਆਰਾ ਨਵੇਂ ਇਲਾਜ ਉਪਲਬਧ ਹਨ। ਇਹ ਤੁਹਾਡੀ ਆਮ ਦਮੇ ਦੀ ਦਵਾਈ ਦੇ ਨਾਲ ਦਿੱਤੀਆਂ ਜਾਂਦੀਆਂ ਹਨ। ਉਹਨਾਂ ਨੂੰ ਜੀਵ ਵਿਗਿਆਨ ਕਿਹਾ ਜਾਂਦਾ ਹੈ ਅਤੇ ਸਰੀਰ ਵਿੱਚ ਰਸਤਿਆਂ ਅਤੇ ਸੈੱਲਾਂ ਨੂੰ ਰੋਕ ਕੇ ਦਮੇ ਦੇ ਲੱਛਣਾਂ ਅਤੇ ਦਮੇ ਦੇ ਹਮਲਿਆਂ ਨੂੰ ਘਟਾਉਂਦਾ ਹੈ ਜੋ ਫੇਫੜਿਆਂ ਦੀ ਸੋਜਸ਼ ਅਤੇ ਬੇਕਾਬੂ ਦਮੇ ਦਾ ਕਾਰਨ ਬਣਦੇ ਹਨ। ਤੁਹਾਡੀ ਦਮੇ ਦੀ ਟੀਮ ਜਾਣਦੀ ਹੈ ਕਿ ਕਈ ਵਾਰ ਦਮੇ ਦਾ ਪ੍ਰਬੰਧਨ ਕਰਨਾ ਕਿੰਨਾ ਔਖਾ ਹੁੰਦਾ ਹੈ ਅਤੇ ਇਹ ਪਛਾਣਦਾ ਹੈ ਕਿ ਤੁਹਾਡੇ ਕੋਲ ਬਹੁਤ ਸਾਰੇ ਸਵਾਲ ਹੋ ਸਕਦੇ ਹਨ। ਤੁਹਾਡੀ ਮਦਦ ਲਈ ਕੀ ਕੀਤਾ ਜਾ ਸਕਦਾ ਹੈ ਇਸ ਬਾਰੇ ਚਰਚਾ ਕਰਨ ਲਈ ਅੱਜ ਹੀ ਆਪਣੀ ਦਮੇ ਦੀ ਟੀਮ ਨਾਲ ਸੰਪਰਕ ਕਰੋ।